नमस्कार, तुसी देख रहे हो ऑल इंडिया 24 न्यूज़। आज नज़दीकी पेंदे पिंड खारा तो एक व्यक्ति दे कतल दी खबर सामने आई। जानकार दित्ते मृतक दिलबाग सिंह दे पुत्र बंता सिंह ने दसिया कि रात करीब 11 बजे गुंडिया ने उन्हां दे गेट नू वट्टे मारे ते जदों उन्हां ने बाहर निकल के देखिया तां पिंड दा ही सरपंच मनबीर सिंह बब्बू, जिसने शराब पीती हुई सी ते हथ विच बंदूक फड़ी सी, उन्हां दे कोल आया ते कहन लगा, ऐ मेरा मोहल्ला है ते मैं इत्थे बदमाशी नहीं हो देनी। इना बोलते ही उसने मेरे पिता दिलबाग सिंह नू गोली मार दिती ते कुछ हवाई फायर भी कीते। उन्हां दसिया कि पिता नू जख्मी हालत विच बटाला सिविल अस्पताल लै गए ते उन्हां ने उसनू अमृतसर रैफर कर दिता। उत्थे ही उन्हां दी मौत हो गई। पुलिस ने लाश पोस्टमार्टम लई भेज दिती ते पारिवारिक मैंबरां दे बयान ने केस दर्ज करके कार्रवाई शुरू कर दी। किस बंदी कारवाई हो रही है? मेरा नाम भाजी जगरूप सिंह है, दिलबाग सिंह रहन वाले पिंड खारे दे आ। की होया ਭਾਜੀ? ਇਹਨਾਂ ਦੇ ਘਰ ਦਾ ਗੇਟ ਨੂੰ ਬਾਹਰ ਕਿਸੇ ਨੇ ਵੱਟੇ ਮਾਰੇ 11 ਵਜੇ ਨਾ। ਆਪਾਂ ਸਾਰੇ ਘਰਾਂ ਵਾਲੇ ਇਕੱਠੇ ਹੋਏ ਹਾਂ, ਵੀਰ ਵੀ ਆਇਆ ਵੈ, ਸਰਪੰਚ ਦਾ ਘਰ ਸਾਡੇ ਤੋਂ 2 ਕਿੱਲੇ ਹਟਵਾਂ ਵੈ। ਇਹ ਵੀਰ ਆਇਆ, ਆਪਾਂ ਖਲੋਤੇ, ਆਪਾਂ ਘਰਾਂ ਨੂੰ ਚੱਲੇ ਹਾਂ। ਗਲਤੀ ਨਹੀਂ ਚੱਲਣ ਦੇਣੀ, ਉਹ ਅਜੇ ਜਨਾਨੀਆਂ ਖਲੋਤੀਆਂ। ਆਹ ਵੀਰ ਨੇ ਡੱਕਿਆ, ਗਾਲਾਂ ਨਾ ਕੱਢ। ਆਹ ਵੀਰ ਨੇ ਡੱਕਿਆ ਸਰਪੰਚਾਂ, ਗਾਲਾਂ ਨਾ, ਗਾਲਾਂ ਕੱਢ। ਸਰਪੰਚ ਦਾ ਮਨਬੀਰ ਸਿੰਘ ਨਾਂ ਹੈ ਜੀ, ਬੱਬੂ ਸਰਪੰਚ ਨੂੰ ਆਉਂਦੇ ਨੇ। ਇਹ ਵੀਰ ਨੇ ਡੱਕਿਆ, ਇਹ ਵੀਰ ਨੇ ਮੈਨੂੰ ਫੜਿਆ। ਮੈਂ ਵੀਰ ਡੈਡੀ ਗਾਂ ਜਾਣ ਡੇ, ਮੈਨੂੰ ਛੱਡ ਦੇ ਵੀਰਾਂ ਦਾ ਨਾਂ ਲੜੀਏ ਨਾ ਮੰਨੂ। ਮੈਂ ਵੀਰ ਉਹਦੇ ਹੱਥ 'ਚ ਰਫਲ, ਉਹਨੇ ਗੋਲੀ ਮਾਰ ਦੇਣੀ, ਉਹਨੇ ਜੋੜ ਦਿਆ ਹੀ ਗੋਲੀ ਮਾਰਤੀ, ਪੁੱਛਿਆ ਹੀ ਨੀ ਕੱਖ ਮੇਰੇ ਪਿਓ ਨੂੰ। ਕਿਹਨੂੰ ਵਜੇ ਗੋਲੀ? ਡੈਡੀ ਨੇ, ਮੇਰੇ ਪਿਤਾ ਨੇ। ਕਿੰਨੇ ਰੋਡ ਚਲਾਏ ਉਹਨੇ ਵੀਰ ਜੀ? 2 ਚਲਾਏ, ਇੱਕ ਉਹ ਮਾਰ ਕੇ ਗਿਆ, ਇੱਕ ਉਹਨੇ ਮੋੜ ਤੇ ਚਲਾਇਆ ਜਾ ਕੇ। ਦੋ ਆਪਣੇ ਉਹਨੇ, ਮਗਰ ਮੈਂ ਜਦੋਂ ਭੱਜਿਆ ਵਾ ਆਪਣੇ ਡੈਡੀ ਨੂੰ ਚੁੱਕਣ, ਉਹਨੇ ਮਗਰ ਚਲਾਇਆ, ਫਿਰ 2 ਆਪਣੇ ਘਰ ਚਲਾਏ ਨੇ ਉਹਨੇ। ਮੈਂ ਦੱਸੋ ਕਿੱਥੇ ਜਾਊਂਗਾ, ਮੈਂ ਰੁਲ ਗਿਆ। ਮੈਂ ਬਿਮਾਰੀ ਲੱਗਣ ਨਾਲ ਤਾਂ ਮੈਂ ਉੱਦਾਂ ਹੀ ਮਰ ਗਿਆ, ਮੈਨੂੰ ਬਿਮਾਰੀ ਨਾ ਕੀ ਭਾ, ਮੇਰਾ ਪਿਓ ਚਲ ਗਿਆ ਮੇਰੇ ਸਿਰ ਤੋਂ। ਸਵੇਰੇ ਘਰੋਂ ਚਾਹ ਪੀ ਕੇ ਗਿਆ, ਬਹਿ ਕੇ। ਆ ਵੀਰ ਦੀ ਮਾਤਾ ਪੂਰੀ ਹੋਈ ਹੈ, ਮੇਰਾ ਗਵਾਂਢੀ ਹੈ, 2 ਦਿਨ ਹੋਏ ਮਾਤਾ ਪੂਰੀ ਹੋਈ ਨੂੰ। ਪਾਰਟੀ ਬਾਜੀ ਕੋਈ? ਕੋਈ ਵੀਰ ਜੀ ਪਾਰਟੀ ਬਾਜੀ ਨੀ। ਦੱਸੋ ਆਪਾਂ ਪਾਰਟੀ ਬਾਜੀ ਕਿਸ ਤਰ੍ਹਾਂ ਕਰਾਂਗੇ? ਰੋਟੀ ਸਾਡੀ ਪੂਰੀ ਨਹੀਂ ਹੋਣ ਡੀ ਆ ਦਿਨਾਂ 'ਚ। ਕੀ ਚਾਹੁੰਦੇ ਸਰਕਾਰ ਕੋਲ? ਸਰਕਾਰ ਕੋਲ ਵੀਰ ਜੀ ਆਪਾਂ ਇਨਸਾਫ ਚਾਹੁੰਦੇ ਆ, ਵੀ ਜੋ ਨਜਾਇਜ਼ ਹੋਈ ਆ ਕਿਸੇ ਗਾਂ ਪਿਓਣ ਵਾਲਾ। ਮੈਂ ਤਾਂ ਰੁਲ ਗਿਆ, ਮੈਂ ਤਾਂ ਰੁਲ ਗਿਆ ਹੁਣ, ਮੈਂ ਤਾਂ ਮਰ ਜਾਣਾ ਵਾ, ਮੈਂ ਤਾਂ ਬਚਣਾ ਨਹੀਂ ਆਪ ਵੀ। ਮੈਨੂੰ ਤਾਂ ਜਾ ਇੱਥੇ ਮਾਰ ਦਿਓ, ਜਾ ਕੋਈ ਟੀਕਾ ਲਾ ਦਿਓ, ਮੈਂ ਤਾਂ ਆਪ ਨਹੀਂ ਬਚਦਾ। ਨਿਸ਼ਾਨ ਹੈਗਾ ਸੀ ਅਤੇ ਉਹਦੀ ਅੰਤਰੇ ਵੀ ਬਾਹਰ ਆਈਆਂ ਗਈਆਂ ਸੀ। ਪੇਸ਼ੈਂਟ ਬਹੁਤ ਸੀਰੀਅਸ ਸੀ, ਉਹਦਾ ਬੀ ਪੀ ਵੀ ਉਹਨਾਂ ਦੀ ਬੋਡੀ ਬਹੁਤ ਚੇਂਜ 'ਚ ਸੀ, ਪਲੱਸ ਵੀ ਬਹੁਤ ਲੋਅ ਸੀ, ਬਹੁਤ ਲੋਅ ਸੀ ਜ਼ਿਆਦਾ ਤਿਆਰ ਕਹਿ ਲਓ ਸੀ। ਅਤੇ ਅਸੀਂ ਫਿਰ ਫਟਾਫਟ ਫਸਟ ਏਡ ਦੇ ਕੇ ਅਤੇ ਗੇਟ ਤੋਂ ਰੈਫਰ ਕੀਤਾ ਅੰਮ੍ਰਿਤਸਰ ਸੀਰੀਅਸ ਹੋਣ ਕਾਰਨ। ਬਟ ਸਾਨੂੰ ਪਤਾ ਲੱਗਾ ਕਿ ਉਹ ਹੋਸਪਿਟਲ ਪਹੁੰਚਣ ਦੇ ਅੱਗੇ ਪਹਿਲੇ ਹੀ ਉਹ ਐਕਸਪਾਇਰ ਕਰ ਗਿਆ ਸੀ। ਅਤੇ ਉਸ ਤੋਂ ਬਾਅਦ ਉਹ ਲੈ ਆਏ ਸਾਡੇ ਕੋਲ ਡੈੱਡ ਬੋਡੀ, ਪੁਲਿਸ ਵਾਲੇ ਲੈ ਆਏ ਅਤੇ ਅਸੀਂ ਉਹਨਾਂ ਨੂੰ ਆਪਣੇ ਡੈੱਡ ਹਾਊਸ ਦੇ ਵਿੱਚ ਰੱਖਿਆ ਤਾ ਪੇਸ਼ੈਂਟ ਨੂੰ। ਫਰਦਰ ਆਪਣਾ ਪੋਸਟਮਾਰਟਮ ਹੋਣ ਤੋਂ ਬਾਅਦ ਪਤਾ ਲੱਗੂਗਾ ਕਿ ਕਿਸ ਕਾਰਨ ਉਹਦੀ ਮੌਤ ਹੋਈ ਹੈ। ਸਰ ਕਿੰਨੀ ਕੁ ਉਮਰ ਹੈ? ਇਹਨਾਂ ਦੀ 60 ਸਾਲ ਦੀ ਉਮਰ ਹੈ ਜੋ ਦਿਖਾਈ ਗਈ ਸਰ।